ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦਾ 14 ਤਰੀਕ ਦਾ ਜਾਣ ਦਾ ਸੱਦਾ ਹੈ, ਉਹਦੇ ਤਹਿਤ ਅੱਜ ਅਸੀਂ ਦਿੱਲੀ ਨੂੰ ਜਾ ਰਹੇ ਹਾਂ। ਰਾਮਲੀਲਾ ਗਰਾਊਂਡ 'ਚ ਰੈਲੀ ਕਰਨ ਦੀ ਮਨਜ਼ੂਰੀ ਮਿਲ ਸਕੀ ਆ, ਮਨਜ਼ੂਰੀ ਦੇ ਪੱਤਰ ਵੀ ਸਾਡੇ ਕੋਲ ਨੇ। ਅਤੇ ਅੱਜ ਬਰਨਾਲੇ ਜ਼ਿਲ੍ਹੇ ਦਾ ਲਗਭਗ 60-65 ਬੱਸਾਂ ਕਾਰਾਂ ਦਾ ਕਾਫਲਾ ਹੈ, ਜਿਹਦੇ 'ਚ ਜ਼ਿਆਦਾਤਰ ਲਗਭਗ 55 ਦੇ ਨੇੜ ਤੇੜ ਵੱਡੀਆਂ ਬੱਸਾਂ, 5 ਛੋਟੀਆਂ ਬੱਸਾਂ, 5-6 ਆ ਛੋਟੀਆਂ ਕਾਰਾਂ ਜਿਹੜੀਆਂ ਇਹ ਆਪਦੀ ਸੁਰੱਖਿਆ ਖਾਤਰ ਜਥੇਬੰਦੀ ਨਾਲ ਲੈ ਕੇ ਗਈ ਹੈ। ਕੋਈ ਰਾਹ 'ਚ ਵਿਘਨ ਪੈਂਦਾ, ਇਹ ਕਾਫਲਾ ਚੰਦ ਮਿੰਟਾਂ 'ਚ ਕੋਟਦੁੰਨੇ ਦੀ ਮੰਡੀ 'ਚੋਂ ਬੁਲਾਡਾ ਹੁੰਦਾ ਹੋਇਆ, ਮੂਨਕ ਹੁੰਦਾ ਹੋਇਆ, ਧਮਧਾਨ ਸਾਹਿਬ ਨਰਵਾਣਾ ਹੁੰਦਾ ਹੋਇਆ, ਅੱਜ ਰਾਤ ਨੂੰ ਜਾ ਕੇ ਅਸੀਂ ਬਹਾਦਰਗੜ੍ਹ ਸਟੇਅ ਕਰਾਂਗੇ ਰਾਤ ਨੂੰ। ਅਤੇ ਤੜਕੇ ਸੁਨੇਹਾ ਉੱਠ ਕੇ 6 ਲਗਭਗ ਰਾਮਲੀਲਾ ਗਰਾਊਂਡ 'ਚੋਂ ਉਸ ਰੈਲੀ 'ਚ ਸ਼ਮੂਲੀਅਤ ਕਰਾਂਗੇ ਅਤੇ ਕੱਲ੍ਹ ਨੂੰ ਸ਼ਾਮ ਨੂੰ ਵਾਪਸ ਆਵਾਂਗੇ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਸਾਡੀਆਂ ਮਾਵਾਂ ਭੈਣਾਂ ਦੇ ਵੱਡੇ ਕਾਫਲੇ, ਨੌਜਵਾਨਾਂ ਦੇ, ਮਜ਼ਦੂਰਾਂ ਕਿਸਾਨਾਂ ਦੇ ਕਾਫਲੇ, ਅਸੀਂ ਇੱਥੋਂ ਦਿੱਲੀ ਨੂੰ ਰਵਾਨਾ ਹੋਣ ਚੱਲੇ ਹਾਂ। ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ SKM ਦਾ ਫੱਦਾ, ਜਿਹੜਾ ਭਾਰਤ ਪੱਧਰ ਦਾ, ਉਹਦੇ ਤਹਿਤ ਅਸੀਂ ਵੱਡਾ ਕਾਫਲਾ ਲੈ ਕੇ ਚੱਲੇ ਹਾਂ। ਜਿਹੜੀਆਂ ਸਾਡੀਆਂ 10,000 ਪੈਨਸ਼ਨ ਬੀਮਾ ਯੋਜਨਾ ਜਾਂ ਸਾਡੀਆਂ ਰਹਿੰਦੀਆਂ ਜਿਹੜੀਆਂ ਸੈਂਟਰ ਨਾਲ ਮੰਗਾਂ ਨੇ, ਉਹ ਮੰਗਾਂ ਨੂੰ ਮਨਾਉਣ ਲਈ, ਲਾਗੂ ਕਰਾਉਣ ਲਈ ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਹਾਂ, ਪਹਿਲਾਂ ਵੀ ਅਤੇ ਅੱਜ ਵੀ। ਅਸੀਂ ਵੱਡੀ ਗਿਣਤੀ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਕਾਫਲਾ ਲੈ ਕੇ ਰਵਾਨਾ ਹੋ ਚੱਲੇ ਹਾਂ। ਮੇਰਾ ਨਾਮ ਕਮਲਜੀਤ ਕੌਰ ਬਰਨਾਲਾ। ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਜਿਹੜੇ ਸਾਡੀਆਂ ਰਹਿੰਦੀਆਂ ਮੰਗਾਂ ਨੇ, ਜਿਹੜੇ ਮੰਨੀਆਂ ਹੋਈਆਂ ਮੰਗਾਂ ਸੀਗੀਆਂ, ਕਿਉਂਕਿ ਮੋਦੀ ਹਕੂਮਤ ਨੇ ਵਧਾ ਖਿਲਾਫੀ ਸਾਡੇ ਨਾਲ ਕੀਤੀ ਹੈਗੀ ਹੈ, ਸਾਡੀਆਂ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਨਹੀਂ ਕੀਤੀਆਂ। ਜਿਵੇਂ ਸਾਡੀ ਮੰਗ ਹੈਗੀ ਕਿ ਸਾਰੀਆਂ ਫਸਲਾਂ 'ਤੇ ਸਾਨੂੰ MSP ਦਿੱਤੀ ਜਾਵੇ। ਸਾਡੇ ਜਿਹੜੇ 60 ਤੋਂ ਉੱਪਰ ਬਜ਼ੁਰਗ ਨੇਗੇ, ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇਗੇ, ਉਹਨਾਂ ਨੂੰ ਘੱਟੋ ਘੱਟ 10,000 ਪੈਨਸ਼ਨ ਹੋਵੇ। ਲਖੀਮਪੁਰ ਖੀਰ ਦੇ ਸ਼ਹੀਦ ਨੇ, ਜਿਹੜਾ ਉਹਨਾਂ ਨੂੰ ਇਨਸਾਫ ਮਿਲੇ। ਅਤੇ ਬਾਕੀ ਸਾਡੀਆਂ ਜਿਹੜੀਆਂ ਹੋਰ ਵੀ ਰਹਿੰਦੀਆਂ ਮੰਗਾਂ ਹੈਗੀਆਂ ਨੇ ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਹੈਗੀਆਂ ਨੇ, ਉਹ ਹੈਗਾ ਕਿ ਮਜ਼ਦੂਰ ਅਤੇ ਕਿਸਾਨ ਦੇ ਜਿਹੜਾ ਸਿਰ ਚੜਿਆ ਹੋਇਆ ਕਰਜ਼ਾ ਹੈਗਾ ਉਹ ਵੀ ਪੂਰੇ ਕਰਜ਼ੇ 'ਤੇ ਲੀਕ ਮਾਰੀ ਜਾਵੇ। ਇਹ ਸਾਡੀਆਂ ਮੰਗਾਂ ਨੇ। ਸੰਯੁਕਤ ਮੋਰਚੇ ਦਾ ਸੱਦਾ ਮਹਾਂ ਪੰਚਾਇਤ ਹੈ ਕੱਲ੍ਹ ਨੂੰ, ਜਾਣੀ ਅਸੀਂ ਅੱਜ ਇੱਥੋਂ ਪੰਜਾਬ ਦੇ ਲੋਕ, ਜਾਣੀ ਹਜ਼ਾਰਾਂ ਦੀ ਗਿਣਤੀ 'ਚ ਸਾਡੀਆਂ ਮਾਵਾਂ ਭੈਣਾਂ ਨੇ, ਸਾਡੇ ਮਜ਼ਦੂਰ ਕਿਸਾਨ ਨੇ, ਜਿਹੜੇ ਪੰਜਾਬ ਤੋਂ ਜਾਣੀ ਦਿੱਲੀ ਵੱਲ ਅੱਜ ਕੂਚ ਕਰਨਗੇ। ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅੱਜ ਦਿੱਲੀ ਨੂੰ ਰਵਾਨਾ ਹੋ ਰਹੇ ਹਾਂ, ਜੋ ਕਿ ਸਾਡੀਆਂ ਮਾਵਾਂ ਭੈਣਾਂ ਜੋ ਕਿ ਸਾਡੇ ਹੱਕ ਨੇਗੇ, ਉਹਨਾਂ ਹੱਕਾਂ ਦੇ ਲਈ ਅਸੀਂ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਗਾ ਉਸ ਦੇ ਉੱਤੇ ਅਸੀਂ ਦਿੱਲੀ ਵੱਲ ਨੂੰ ਅਸੀਂ ਰਵਾਨਾ ਹੋ ਰਹੇ ਹਾਂਗੇ। ਅੱਜ ਅਸੀਂ ਇੱਥੋਂ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਜਾ ਰਹੀਆਂ ਨੇਗੀਆਂ।